ਸਾਰਿਆਂ ਨੂੰ ਸਭ ਤੋਂ ਪਹਿਲਾਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਜੀ। ਆਈ ਥਿੰਕ ਅੱਜ ਬਹੁਤ ਸਪੈਸ਼ਲ ਦਿਨ ਆ ਅਤੇ ਪਤਾ ਨਹੀਂ ਮੈਂ ਅੰਦਰੋਂ ਬਹੁਤ ਸਪੈਸ਼ਲ ਅੱਜ ਫੀਲ ਕਰ ਰਿਹਾ ਹੈ ਨਾ। ਮੈਂ ਸਵੇਰੇ 4 ਵਜੇ ਉੱਠ ਕੇ ਆਪਣਾ ਇਸ਼ਨਾਨ ਵੀ ਕਰ ਲਿਆ ਅਤੇ ਬਸ ਚੱਲਣ ਦੀ ਤਿਆਰੀ ਆ ਅੱਜ। ਐਕਚੁਅਲੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਆ ਜੀ ਅਤੇ ਫੋਰ ਸਮ ਰੀਜ਼ਨ ਬੜਾ ਅੱਜ ਪ੍ਰਾਊਡ ਫੀਲ ਹੋ ਰਿਹਾ ਹੈ ਨਾ ਵੀ ਅਸੀਂ ਉਸ ਧਰਮ ਨੂੰ ਬਿਲੋਂਗ ਕਰਦੇ ਹਾਂ ਜਿੰਨੇ ਹਮੇਸ਼ਾ ਹੈ ਨਾ ਏਕਤਾ ਦਾ ਅਤੇ ਮਿਹਨਤ ਕਰਨ ਦਾ ਕਿਰਤ ਕਰਨ ਦਾ ਹੈ ਨਾ ਵੰਡ ਕੇ ਛਕਣ ਦਾ ਸੰਦੇਸ਼ ਦਿੱਤਾ ਅਤੇ ਅਸੀਂ ਉਸ ਧਰਮ ਨੂੰ ਬਿਲੋਂਗ ਕਰਦੇ ਹਾਂ ਅਤੇ ਅਸੀਂ ਦੇਖ ਹੀ ਰਹੇ ਹਾਂ ਨਾ ਕਿੰਨੇ ਵੱਡੇ ਲੈਵਲ 'ਤੇ ਸਾਹਿਬ ਸ਼੍ਰੀ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਅਤੇ ਬੜੇ ਟਾਈਮ ਤੋਂ ਜਿਹੜੀਆਂ ਲੋਕਾਂ ਦੀਆਂ ਦਿਲੀ ਤਮੰਨਾ ਸੀਗੀਆਂ ਹੈ ਨਾ ਕਿ ਉਹ ਵੀ ਬਾਰਡਰ ਪਾਰ ਜਾ ਕੇ ਹੈ ਨਾ ਵੀ ਉਹ ਦਰਸ਼ਨ ਦੀਦਾਰੇ ਕਰ ਸਕਣ ਉਹ ਵੀ ਹੁਣ ਹੈ ਨਾ ਪੋਸੀਬਲ ਹੋ ਗਿਆ। ਚਲੋ ਦੋਨਾਂ ਸਰਕਾਰਾਂ ਦੇ ਬਹੁਤ ਵਧੀਆ ਸ਼ਲਾਘਾ ਜੋ ਵੀ ਯਤਨ ਆ ਅਤੇ ਅੱਜ ਬਹੁਤ ਮੈਨੂੰ ਖੁਸ਼ੀ ਹੋ ਰਹੀ ਆ। ਮੈਨੂੰ ਪਤਾ ਨਹੀਂ ਕੀ ਗੱਲ ਆ ਨਾ ਵੀ ਮੈਨੂੰ ਐਨਰਜੀ ਹੋਈ, ਮੈਂ ਸੁੱਤਾ ਵੀ ਘੱਟ ਆ ਹੈ ਨਾ, 4-4:30 ਵਜੇ ਉੱਠ ਕੇ ਨੌਂ ਚਲ ਗਿਆ ਅਤੇ ਬਹੁਤ ਐਨਰਜੀ ਮੈਂ ਫੀਲ ਕਰ ਰਿਹਾ ਹੈ ਨਾ ਅਤੇ ਪਤਾ ਨਹੀਂ ਉਹ ਗੁੱਡ ਵਾਈਬਸ ਆ ਰਹੀਆਂ ਨੇ ਹੈ ਨਾ। ਕੀਰਤਨ ਸੁਣਨ ਨੂੰ ਮਨ ਕਰ ਰਿਹਾ, ਕੱਲ੍ਹ ਦਾ ਹੀ ਮੇਰਾ ਮਨ ਕਰ ਰਿਹਾ ਹੈ ਨਾ ਅਤੇ ਚਲੋ ਇੱਕ ਵਾਰੀ ਫਿਰ ਸਾਰਿਆਂ ਨੂੰ ਇਹ ਜਦ ਤੱਕ ਤੁਸੀਂ ਵੀਡੀਓ ਵੇਖਣੀ ਉਦੋਂ ਨੂੰ ਤਾਂ ਆਈ ਥਿੰਕ ਦਿਹਾੜਾ ਹੈ ਨਾ ਲੰਘ ਜਾਣਾ, ਬਟ ਇੱਕ ਵਾਰੀ ਫਿਰ ਸਾਰੀਆਂ ਨੋਟ ਓਨਲੀ ਸਿੱਖ ਸੰਗਤਾਂ ਨੂੰ, ਆਈ ਥਿੰਕ ਸਾਰੇ ਜਗਤ ਨੂੰ ਹੀ ਹੈ ਨਾ, ਕਿਉਂਕਿ ਉਹਦਾ ਜਗਤ ਬਾਬਾ ਸੀ ਅਤੇ ਆਪਾਂ ਸਾਰਿਆਂ ਨੂੰ ਇੱਕ ਵਾਰੀ ਫਿਰ ਗੁਰੂ ਨਾਨਕ ਦੇਵ ਜੀ ਦੇ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਉਤਸਵ ਦੀਆਂ ਅਲੱਗ ਅਲੱਗ ਵਧਾਈ ਜੀ ਅਤੇ ਹੋਪਫੁਲੀ ਤੁਹਾਡੇ ਜੋ ਵੀ ਤੁਹਾਡੇ ਹੈ ਨਾ ਮਨਾਂ ਦੇ ਵਿੱਚ ਇੱਛਾਵਾਂ ਨੇ ਅਤੇ ਜੋ ਵੀ ਤੁਸੀਂ ਲਾਈਫ 'ਚ ਕਰਨਾ ਚਾਹੁੰਦੇ ਹੋ ਨਾ ਬਾਬਾ ਜੀ ਤੁਹਾਡੇ 'ਤੇ ਮਿਹਰ ਕਰਨ ਅਤੇ ਤੁਸੀਂ ਓਨੈਸਟਲੀ ਹੈ ਨਾ ਕਿਰਤ ਕਰੋ ਅਤੇ ਨਾਮ ਜਪੋ ਅਤੇ ਵੰਡ ਛਕੋ। ਥੈਂਕ ਯੂ ਜੀ। ਜੀ ਆਪਣੀ ਡਿਲੀਵਰੀ ਡੈਸਟੀਨੇਸ਼ਨ 'ਤੇ ਇਹ ਹੈਗਾ ਜੀ ਪਲੈਂਟ ਪਿਰੈਲੀ ਟਾਇਰਸ ਦਾ। ਪਿਰੈਲੀ ਟਾਇਰਸ ਬਾਰੇ ਜੇ ਕੋਈ ਜਾਣਦਾ ਤਾਂ ਇਟਾਲੀਅਨ ਟਾਇਰਸ ਨੇ, ਬਹੁਤ ਪ੍ਰੀਮੀਅਮ
ਟਾਇਰ ਬਣਾਉਂਦੀ ਹੈ ਕੰਪਨੀ, ਅਤੇ ਜ਼ਿਆਦਾਤਰ ਜਿਹੜੇ ਸਪੋਰਟਸ ਕਾਰਾਂ ਨੇ ਜਾਂ ਰੇਸਿੰਗ ਕਾਰਾਂ ਨੇ ਉਹਨਾਂ ਵਿੱਚ ਪਰੇਲੀ ਦੇ ਟਾਇਰ ਹੀ ਯੂਜ਼ ਹੁੰਦੇ ਆ, ਅਤੇ ਆਈ ਥਿੰਕ ਉਹਨਾਂ ਦਾ ਰੋ ਮਟੀਰੀਅਲ ਹੈ ਜੀ ਜਿਹੜੇ ਅਸੀਂ ਲੈ ਕੇ ਆਏ ਹਾਂ। ਅਤੇ ਹੁਣ ਕਰਦੇ ਹਾਂ ਜੀ ਇੱਥੇ ਡਿਲੀਵਰੀ, ਅਤੇ ਫਿਰ ਦੇਖਦੇ ਹਾਂ ਜੀ ਅੱਗੇ ਕਿੱਧਰ ਨੂੰ ਪਿਕਅਪ ਮਿਲਦਾ ਜੀ। ਓਕੇ ਜੀ, ਹਾਂਜੀ, ਡੌਗ ਮਿਲ ਗਈ ਜੀ ਆਪਾਂ ਨੂੰ ਆਉਂਦਿਆਂ ਨੂੰ ਹੀ, ਅਤੇ ਲਾਤਾ ਜੀ ਆਪਾਂ ਉਹ ਪਿੱਛੇ ਆਪਣੇ ਲੱਖੜਾ ਜੀ ਟਰੱਕ ਲਾਤਾ ਜੀ ਡੋਰ 'ਤੇ, ਇੰਨੇ ਬਿਜ਼ੀ ਨਹੀਂ ਹੈਗੇ, ਆਪਣਾ ਇਕੱਲਾ ਹੀ ਟਰੱਕ ਆ ਅਤੇ ਅਨਲੋਡ ਕਰ ਰਹੇ ਨੇ, ਮੇਰੇ ਖਿਆਲ ਨਾਲ 20-25 ਮਿੰਟ ਲੱਗਣਗੇ। ਅਤੇ ਅਨਲੋਡ ਕਰਕੇ ਆਪਾਂ ਨੂੰ ਨੈਕਸਟ ਇਨਫੋਰਮੇਸ਼ਨ ਆ ਗਈ ਆ ਜੀ ਜਿੱਥੋਂ ਲੋਡ ਚੱਕਣਾ, ਅਤੇ ਲੋਡ ਚੱਕਣਾ ਜੀ ਆਪਾਂ ਚੈਟਾਨੂਗਾ ਸ਼ਹਿਰ ਦਾ ਨਾਂ ਆ ਟੈਨਸੀ ਸਟੇਟ, ਉੱਥੋਂ 80 ਕੁ ਮੀਲਾਂ ਜਾਣਾ ਲੋਡ ਚੱਕਣ, ਅਤੇ ਲੋਡ ਚੱਕ ਕੇ ਚੱਲੇ ਹਾਂ ਜੀ ਆਪਾਂ ਆਪਣੀ ਫੇਵਰੇਟ ਸਟੇਟ ਟੈਕਸਸ 'ਚ, ਹਿਊਸਟਨ ਟੈਕਸਸ। ਲੋਡ ਹੋ ਗਿਆ ਜੀ ਡਨ, ਅਤੇ ਡਿਲੀਵਰੀ ਆਪਣੀ ਡਨ ਹੋ ਗਈ ਆ, ਅਤੇ ਹੁਣ ਆਪਾਂ ਚੱਕਣਾ ਜੀ ਲੋਡ ਚੈਟਾਨੂਗਾ ਟੈਨਸੀ ਤੋਂ, ਅਤੇ ਆਪਾਂ ਜਾ ਰਹੇ ਜੀ ਚੈਟਾਨੂਗਾ ਟੈਨਸੀ ਲੋਡ ਚੱਕ ਕੇ, ਉੱਥੋਂ ਜਾਣਾ ਜੀ ਆਪਾਂ ਹਿਊਸਟਨ ਟੈਕਸਸ। ਅਤੇ ਥੋੜ੍ਹੀ ਜੀ ਆਪਾਂ ਲੇਟ ਆ, ਐਕਚੁਅਲੀ ਲੋਡ ਚੱਕਣ ਦਾ ਟਾਈਮ ਹੈਗਾ ਜੀ 11 ਵਜੇ, ਅਤੇ ਮੈਂ ਉੱਥੇ ਪਹੁੰਚਦਾ ਵਾਂ ਜੀ 11:30 ਵਜੇ, 11:30-12:15, ਬਟ ਹੋਪਫੁਲੀ ਕੋਈ ਪ੍ਰੋਬਲਮ ਨਹੀਂ ਆਏਗੀ। ਕਈ ਵਾਰੀ ਕਈ ਆਪਣੇ ਅਪੁਆਇੰਟਮੈਂਟ ਟਾਈਮ ਦੇ ਬਹੁਤ ਪੱਕੇ ਹੁੰਦੇ ਆ ਨਾ, ਬਟ ਮੈਂ ਇਹ ਤੋਂ ਅਰਲੀ ਨਹੀਂ ਕਰ ਸਕਦਾ ਸੀ ਨਾ, ਜਿੱਦਾਂ ਮੇਰੀ ਲੌਗ ਬੁੱਕ ਚੱਲਦੀ ਸੀ ਉੱਤੋਂ ਅਰਲੀ ਤਾਂ ਮੈਂ ਚੱਲ ਨਹੀਂ ਸੀ ਸਕਦਾ ਨਾ, ਅਤੇ ਆਪਣੀ ਵੱਲੋਂ ਆਪਾਂ ਪੂਰੀ ਕੋਸ਼ਿਸ਼ ਕੀਤੀ ਅੱਗੇ ਦੇਖਦੇ ਹੁਣ। ਹਾਂਜੀ, ਪਹੁੰਚ ਗਏ ਜੀ ਪਿਕਅਪ ਵਾਲੀ ਜਗ੍ਹਾ 'ਤੇ, ਅਤੇ ਥੋੜ੍ਹਾ ਜਿਹਾ ਲੇਟ ਹੋ ਗਿਆ, ਬਟ ਆਈ ਥਿੰਕ ਬੰਦੇ ਬੜੇ ਕੂਲ ਸੀਗੇ, ਕਹਿੰਦੇ ਨੋ ਪ੍ਰੋਬਲਮ। ਅਤੇ ਪੈਕ ਆਪਾਂ ਲਾਤਾ ਡੋਰ 'ਤੇ, ਅਤੇ ਆ ਲੱਗਾ ਜੀ ਪੈਕ ਆ ਡੋਰ 'ਤੇ, 20-25 ਮਿੰਟ ਦਾ ਹੀ ਕੰਮ ਹੈ, ਉਹਨਾਂ ਨੇ ਆਪਾਂ ਨੂੰ ਕਰ ਦੇਣਾ ਲੋਡ, ਉਹਨਾਂ ਚਿਰ ਆਪਾਂ ਖਾ ਲੈਣੀ ਜੀ ਰੋਟੀ, ਅਤੇ ਰੋਟੀ ਖਾ ਕੇ ਬਸ ਖਿੱਚ ਲੈਣਾ ਕੰਮ, ਕਿਉਂਕਿ ਕੱਲ੍ਹ ਵੀ ਆਪਣੇ ਕੋਲ ਪੂਰਾ ਪੂਰਾ ਟਾਈਮ ਆ, ਕੱਲ੍ਹ ਆਪਾਂ 7 ਤੋਂ ਲੈ ਕੇ ਸਵੇਰੇ 12 ਵਜੇ ਦੇ ਵਿੱਚ ਵਿੱਚ ਡਿਲੀਵਰੀ ਕਰਨੀ ਆ ਹਿਊਸਟਨ ਟੈਕਸਸ, ਇੱਥੋਂ 125 ਮੀਲ ਆ, ਕੋਈ ਨਹੀਂ ਆਪਾਂ ਖਿੱਚ ਦੇਣਾ ਕੰਮ। ਅਤੇ ਠੰਡ ਬਹੁਤ ਆ ਜੀ ਇਸ ਟਾਈਮ, ਆਊਟਸਾਈਡ ਟੈਂਪਰੇਚਰ ਹੈ ਜੀ 21 degrees Fahrenheit, ਫੈਰਨਹਾਈਟ ਇੰਡੀਆ 'ਚ ਚੱਲਦੇ ਆ ਸੈਲਸੀਅਸ, ਕਿੰਨਾ ਬੰਦਾ ਲੈਟਸ ਸੀ, ਇੱਥੇ ਅਮੈਰੀਕਾ ਦੇ ਵਿੱਚ ਜਿਹੜਾ ਟੈਂਪਰੇਚਰ ਫੈਰਨਹਾਈਟ ਦੇ ਵਿੱਚ ਹੁੰਦਾ ਜੀ, ਇਹ ਆਪਣਾ ਇੰਡੀਆ ਵਾਂਗੂ ਸੈਂਟੀਗ੍ਰੇਡ ਨਹੀਂ ਹੈਗੇ ਨਾ, ਅਤੇ ਜਿਹੜਾ 21 degree Fahrenheit ਆ, ਲੈਟਸ ਸੀ ਫੈਰਨਹਾਈਟ 2 Celsius -6 ਆ ਜੀ ਇਸ ਟਾਈਮ ਆਊਟਸਾਈਡ, ਅਤੇ ਹਜੇ ਠੰਡ ਸ਼ੁਰੂ ਹੋਈ ਆ ਇਸ ਕਰਕੇ ਹਜੇ ਠੰਡ ਦੀ ਥੋੜ੍ਹੀ ਆਦਤ ਨਹੀਂ ਪਈ, ਤਦ ਕਰਕੇ ਥੋੜ੍ਹੀ ਹਜੇ ਠੰਡ ਜ਼ਿਆਦਾ ਮਹਿਸੂਸ ਕਰ ਰਹੇ ਹਾਂ, ਅਤੇ ਹਲਕੀ ਹਲਕੀ ਦਿਖ ਨਹੀਂ ਰਹੀ ਪਰ ਹਲਕੀ ਹਲਕੀ ਸਨੋਅ ਵੀ ਪੈਣ ਦੀ ਬਾਹਰ ਨਾ, ਅਤੇ ਚਲੋ ਕੋਈ ਨਹੀਂ, ਜਿੱਦਾਂ ਆਪਾਂ ਸਾਊਥ ਨੂੰ ਜਾਣਾ, ਸਾਊਥ ਨੂੰ ਟੈਂਪਰੇਚਰ ਯੂਜਲੀ ਅੱਪ ਜਾਂਦਾ, ਅਤੇ ਉੱਥੇ ਟੈਂਪਰੇਚਰ ਠੀਕ ਹੋਊਗਾ, ਜਿੱਦਾਂ ਆਪਣੇ ਘਰ ਵੱਲ ਨੂੰ ਜਾਂ ਉੱਧਰ ਨੂੰ ਅੱਜ ਬਹੁਤ ਠੰਡ ਆ,
ਤੇ ਚਲੋ ਮੈਂ ਰੋਟੀ ਖਾ ਲਾ ਫਿਰ ਕਰਦੇ ਜੀ ਕੰਟੀਨਿਊ। ਜੀ ਲੋੜ ਗਿਆ ਜੀ ਹੋ ਤੇ ਆਪਾਂ ਪਏ ਹਾਂ ਤੁਰ ਮੀਲਾਂ ਨੇ ਜੀ 824 ਸ਼ਹਿਰ ਜਾਣਾ ਜੀ ਹਿਊਸਟਨ ਤੇ ਲੈਟਸ ਗੋ। ਤੇਲ ਭਰਾ ਲਿਆ ਜੀ ਆਪਾਂ ਆਪਣੀ 300 ਮੀਲ ਰਹਿ ਗਈ ਆ ਸਫ਼ਰ ਅਤੇ ਵਿੱਚੋਂ 100 ਮੀਲ ਦੀ ਸਾਡੇ ਕੋਲ ਲੌਗਬੁੱਕ ਪਈ ਆ ਉਹ ਅਸੀਂ ਕੱਢ ਲੈਣੀ ਜੀ ਅੱਜ ਅਤੇ 100 ਮੀਲ ਚਲਾ ਕੇ ਫਿਰ ਕਰਾਂਗੇ ਜੀ ਸਲੀਪ। ਅਤੇ ਮੈਂ ਸੋਚਿਆ 100 ਮੀਲ ਪਈ ਆ ਹਨੇਰਾ ਕਾਫੀ ਹੋ ਗਿਆ ਚਾਹ ਬਣਾ ਲਿੱਤੀ ਜਾਏ ਬਾਕੀ ਐਨਰਜੀ ਫੁੱਲ ਰਹੇ ਹੈ ਨਾ। ਚਾਹ ਵਾਸਤੇ ਸਿੰਪਲ ਫਾਰਮੂਲਾ ਜੀ ਇੱਕ ਗ੍ਰੀਨ ਟੀ ਦਾ ਪਾਊਚ ਨਾਲ ਆਪਣੇ ਇੱਕ ਹਨੀ ਅਤੇ ਗਰਮ ਪਾਣੀ ਆਹ ਤਿੰਨ ਚੀਜ਼ਾਂ ਹੀ ਚਾਹੀਦੀਆਂ ਜੀ ਅਤੇ ਆਪਣੀ ਗ੍ਰੀਨ ਟੀ ਹੋ ਜਾਂਦੀ ਜੀ ਰੈਡੀ। ਆਹ ਜੀ ਪਾਣੀ ਹੋ ਗਿਆ ਗਰਮ ਇਹ ਪਾਇਆ ਜੀ ਗਲਾਸ 'ਚ ਅਤੇ ਚਾਹ ਆਪਣੀ ਹੋ ਗਈ ਰੈਡੀ। ਹਾਂਜੀ ਪਹੁੰਚ ਗਿਆ ਜੀ ਆਪਣੀ ਉਹ ਲੋਕੇਸ਼ਨ 'ਤੇ ਜਿੱਥੇ ਆਪਾਂ ਕਰਨੀ ਅੱਜ ਦੀ ਸਲੀਪ। ਅਤੇ ਠੰਡ ਬਹੁਤ ਜ਼ਿਆਦਾ ਜੀ ਇੱਥੇ ਟੈਕਸਸ 'ਚ ਯੂਜਲੀ ਇੰਨੀ ਠੰਡ ਹੁੰਦੀ ਨਹੀਂ ਬਟ ਆਈ ਡੋਂਟ ਨੋ ਵਾਟਸ ਗੋਇੰਗ ਔਨ
ਠੰਡ ਇੱਥੇ ਪੂਰੇ ਅਮਰੀਕਾ 'ਚ ਹੀ ਬੜੀ ਹੋਈ ਆ ਇਹ ਆਈ ਥਿੰਕ ਰੈਕਰਡ ਨੰਬਰਸ ਜਾ ਰਹੇ ਆ ਨਾ ਇੰਨੀ ਲੋਅ ਨਵੰਬਰ 'ਚ ਨਹੀਂ ਤਾਂ ਇੰਨੀ ਠੰਡ ਨਹੀਂ ਹੁੰਦੀ ਬਟ ਐਨੀਵੇਸ ਆਪਾਂ ਵੀਡੀਓ ਕੱਲ੍ਹ ਇੱਥੋਂ ਹੀ ਕੰਟੀਨਿਊ ਕਰਾਂਗੇ ਅਤੇ ਜਾ ਕੇ ਡਿਲੀਵਰੀ ਕਰਾਂਗੇ ਅਤੇ ਫਿਰ ਦੇਖਦੇ ਹਾਂ ਕਿਹੜਾ ਲੋਡ ਮਿਲਦਾ ਆਪਾਂ ਨੂੰ ਅਤੇ ਫਿਲਹਾਲ ਆਪਾਂ ਟਰੱਕ ਸਟੋਪ 'ਤੇ ਪਹੁੰਚ ਗਏ ਹਾਂ ਅਤੇ ਜਿੱਥੇ ਆਪਾਂ ਟਰੱਕ ਲਾ ਤਾ ਜੀ ਪਾਰਕ ਅਤੇ ਬਸ ਹੁਣ ਸੌਣ ਦੀ ਤਿਆਰੀ ਆ ਅਤੇ ਵਾਂਸ ਅਗੇਨ ਥੈਂਕ ਯੂ ਫੋਰ ਵਾਚਿੰਗ ਦ ਵੀਡੀਓ ਐਂਡ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਟੂ ਮਾਈ ਚੈਨਲ ਇਫ ਯੂ ਲਾਈਕ ਦ ਕੰਟੈਂਟ ਐਂਡ ਇੱਕ ਵਾਰੀ ਫਿਰ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਹਰੇਕ ਇਨਸਾਨ ਨੂੰ ਹੈ ਨਾ ਲੱਖ ਲੱਖ ਵਧਾਈ ਅਤੇ ਸਾਰੇ ਜਾਣੇ ਮਿਲ ਜੁਲ ਕੇ ਰਹੀਏ ਅਤੇ ਹੇਟ ਨੂੰ ਇਸ ਦੁਨੀਆ ਤੋਂ ਖਤਮ ਕਰੀਏ ਅਤੇ ਓਕੇ ਜੀ ਰੱਬ ਰੱਖਾ ਮਿਲਦੇ ਹਾਂ ਸਵੇਰੇ।